नमस्कार, सच कहूं पंजाबी न्यूज बुलेटिन में तुहाडा स्वागत है। नजर पाउने आ देश दुनिया की टॉप 10 खबरां ते। अमेरिका विच राहुल गांधी के सामने लगे खालिस्तानी नारे, भारत कांग्रेस अते इंदिरा गांधी विरोधी नारयां दे जवाब विच राहुल गांधी बोले, मैं मुहब्बत दी दुकान दस दिए कि 6 दिन अमेरिका दौरे ते राहुल गांधी, यह प्रोग्राम उन्हां दी भारत जोड़ी यात्रा के संदर्भ विच हो रहा है। बिहार, करनाटक, केरल समेत 25 ठिकाने ते NIA दी रेड। कटिहार विच PFI आगू दे घर कीती छापेमारी। NIA दी टीम ने नासर हुसैन दे घर दे कई दस्तावेज भी खंगाले। इस साल 4-5 फरवरी नू NIA ने बिहार दे मोतिहारी विच 8 थावां ते कीती सी रेड, 2 लोकां नू कीता सी गिरफ्तार। कीरतपुर मनाली फोर लाइन बनकर होया तैयार, PM मोदी 15 जून कर सकणगे उद्घाटन। राज्यपाल बोले, अगले 3 महीनों विच खोली जाएगी 5 होर टनल। हाईवे दे नाल टूरिस्ट नूं मिलेगी वड्डी राहत, दिनां दा सफर हुण घंटियां च होएगा पूरा। OTT ਫਿਲਮਾਂ ਅਤੇ ਵੈਬ ਸੀਰੀਜ਼ ਦੇ ਲਈ ਨਵੇਂ ਨਿਯਮ ਲਾਗੂ। ਨੋਟੀਫਿਕੇਸ਼ਨ ਦੇ ਮੁਤਾਬਿਕ OTT ਪਲੇਟਫਾਰਮ ਦੇ ਲਈ ਇੱਕ ਐਸੀ ਐਂਟੀ ਤੰਬਾਕੂ ਵਾਰਨਿੰਗ ਮੈਸੇਜ ਚਲਾਉਣਾ ਹੋਏਗਾ ਜ਼ਰੂਰੀ, ਜਿਸ ਵਿੱਚ ਅਸੀਂ ਸਿਨੇਮਾ ਘਰਾਂ ਤੇ TV ਸ਼ੋਅਜ਼ ਵੀ ਦੇਖਦੇ ਹਾਂ, ਐਸਾ ਨਾ ਕਰਨ ਤੇ ਲੱਗੇਗਾ ਮੋਟਾ ਜੁਰਮਾਨਾ। ਪੰਜਾਬ ਸਮੇਤ ਕਈ ਸੂਬਿਆਂ ਵਿੱਚ ਮੌਸਮ ਦਾ ਬਦਲਿਆ ਮਿਜਾਜ। ਮੌਸਮ ਵਿਭਾਗ ਦੇ ਮੁਤਾਬਿਕ ਪੱਛਮੀ ਦਬਾਅ ਦੇ ਕਾਰਨ ਮੌਸਮ ਵਿੱਚ ਦਿਖਾਈ ਦੇ ਰਿਹਾ ਭਾਰੀ ਬਦਲਾਅ। ਮੌਨਸੂਨ ਪਕੜਨ ਲੱਗਿਆ ਰਫ਼ਤਾਰ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ 15 ਜੂਨ ਤੋਂ ਭਾਰੀ ਵਰਖਾ ਦੀ ਸੰਭਾਵਨਾ। ਪੰਜਾਬ ਮੰਤਰੀ ਮੰਡਲ ਵਿੱਚ ਅੱਜ ਚੌਥੀ ਵਾਰ ਹੋਇਆ ਵਿਸਾਰ। ਕੈਬਨਿਟ ਵਿੱਚ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੋਡਿਆਂ ਨੂੰ ਕੀਤਾ ਗਿਆ ਸ਼ਾਮਿਲ। 2 ਨਵੇਂ ਮੰਤਰੀਆਂ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਵਾਈ ਸ਼ਪਥ। ਹਿਮਾਚਲ ਵਿੱਚ ਰਿਕਾਰਡ ਤੋੜ ਬਾਰਿਸ਼ ਅਤੇ ਠੰਡ, ਇਸ ਮਹੀਨੇ 84% ਜ਼ਿਆਦਾ ਹੋਈ ਵਰਖਾ। ਅੱਜ ਵੀ 9 ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ, ਗੜੇਮਾਰੀ ਦੀ ਵੀ ਸੰਭਾਵਨਾ। ਮੌਸਮ ਮਾਰਾਂ ਦੀ ਚੇਤਾਵਨੀ, ਪਹਾੜਾਂ ਤੇ ਅਗਲੇ 5 ਦਿਨ ਤੱਕ ਹੋਏਗੀ ਜਮ ਕੇ ਵਰਖਾ। ਪੰਜਾਬ ਵਿੱਚ TV ਦੇ ਮਰੀਜ਼ਾਂ ਨੂੰ ਰਾਹਤ ਦੇਣ ਦੇ ਲਈ ਸਰਕਾਰ ਦੁਆਰਾ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਡਿਵਾਈਸ ਸੌਫਟਵੇਅਰ ਦਾ ਕੀਤਾ ਜਾਏਗਾ ਇਸਤੇਮਾਲ। TV ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਕਾਰਨ ਦਾ ਪਤਾ ਲਗਾ ਸਕੇਗਾ ਇਹ ਸੌਫਟਵੇਅਰ। ਫਿਲਹਾਲ 7 ਜ਼ਿਲ੍ਹਿਆਂ ਵਿੱਚ ਹੋਏਗੀ ਇੰਸਟਾਲੇਸ਼ਨ। ਮੁੱਖ ਮੰਤਰੀ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਸਰੇਆਮ ਕੀਤੇ ਵੱਡੇ ਖੁਲਾਸੇ। ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕ੍ਰਿਕੇਟਰ ਅਤੇ ਉਸਦੇ ਪਿਤਾ ਨੂੰ ਜਨਤਾ ਦੇ ਸਾਹਮਣੇ ਕੀਤਾ ਪੇਸ਼। ਕ੍ਰਿਕੇਟਰ ਨੇ ਮੀਡੀਆ ਦੇ ਸਾਹਮਣੇ ਚਰਨਜੀਤ ਸਿੰਘ ਚੰਨੀ ਅਤੇ ਉਸਦੇ ਭਤੀਜੇ ਤੇ 2 ਕਰੋੜ ਰਿਸ਼ਵਤ ਮੰਗਣ ਦੇ ਲਗਾਏ ਆਰੋਪ। ਹਰਿਆਣਾ ਦੇ ਸੋਨੀਪਤ ਵਿੱਚ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਅਗਲੇਰੀ 4 ਜੂਨ ਨੂੰ ਗੋਹਾਣਾ ਦੇ ਮੰਡਰਾਣਾ ਵਿੱਚ ਹੋਣੇਗੀ। ਪਹਿਲਵਾਨਾਂ ਦੇ ਹੱਕ ਵਿੱਚ ਮਹਾਂਪੰਚਾਇਤ, ਪਹਿਲਵਾਨਾਂ ਦੇ ਮੁੱਦੇ ਤੇ ਲੜੀ ਜਾਏਗੀ ਆਰ ਪਾਰ ਦੀ ਲੜਾਈ। ਮਹਾਂਪੰਚਾਇਤ ਵਿੱਚ ਸਾਬਕਾ ਗਵਰਨਰ ਸੱਤਿਆਪਾਲ ਮਲਿਕ, ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਖਾਟ ਵੀ ਰਹਿਣਗੇ ਮੌਜੂਦ। ਫਿਲਹਾਲ ਇਸ ਬੁਲੇਟਿਨ ਵਿੱਚ ਇੰਨਾ ਹੀ। ਜ਼ਿਆਦਾ ਖ਼ਬਰਾਂ ਵੇਖਣ ਲਈ ਤੁਸੀਂ ਦੇਖਦੇ ਰਹੋ YouTube ਉੱਤੇ ਸੱਚ ਕਹੂੰ ਪੰਜਾਬੀ ਚੈਨਲ।